ਲੱਗ ਤੌਣ ਕੇ ਵੀ ਤੇ ਚੱਕ ਕੇ ਖੋਤਾ ਨਸਤਾ ਅੱਗੇ ਪੱਪਾ ਪੰਜਾਬੀ ਪਿਆਰਿਓ ਇੱਕ ਬਹੁਤ ਵੱਡੀ ਖੁਸ਼ਖਬਰੀ ਤੁਹਾਡੇ ਵਾਸਤੇ ਮੈਂ ਲੈ ਕੇ ਆਵਾਂ ਕਿ ਜਿਹੜੇ ਲੋਕੀ ਫਿਲਮਾਂ ਦੇ ਸ਼ੌਕੀਨ ਨੇ ਤੁਹਾਨੂੰ ਪਤਾ ਹੈ ਕਿ ਹਾਲ ਹੀ ਵਿੱਚ ਮੇਰੇ ਖਿਆਲੇ ਕੱਲ ਜਿਹੜੀ ਹੈ ਨਾ ਉਹ ਦੀ ਲੈਜੈਂਡ ਆਫ ਮੌਲਾ ਜਿਹੜਾ ਰਿਲੀਜ਼ ਹੋ ਗਈ ਹੈ ਤੇ ਉਸ ਪੰਜਾਬੀ ਚੈੱਕ ਕੀਏ ਬੱਤੇ ਕਿੰਨੇ ਤੋੜ ਕੇ ਕਾਟੇ ਤੋਂ ਕੰਨ ਤੂੰ ਤੇ ਦੁਨੀਆ ਤੇ ਜਨਾਬ ਵਾਲੀ ਲੱਗੀ ਹੈ ਤੇ ਬਹੁਤ ਅੱਛਾ ਫੀਡਬੈਕ ਆ ਰਿਹਾ ਉਹਦਾ ਬਹੁਤ ਜ਼ਿਆਦਾ ਲੋਕੀ ਉਹਨੂੰ ਪਸੰਦ ਕਰ ਰਹੇ ਨੇ ਸਮਝੋ ਕਿ ਉਹ ਸੁਪਰ ਟੂਪਰ ਹਿਟ ਹੋਏਗੀ ਯਾਨੀ ਕਿ ਉਹ ਕਹਾ ਜਾ ਰਿਹਾ ਹੈ ਕਿ 200 ਡਾਲਰ ਜਿਹੜੀ ਆਪਣਾ 200 ਕਰੋੜ ਕਮਾਏਗੀ ਲੇਕਿਨ ਮੈਨੂੰ ਲੱਗਦਾ ਹੈ ਕਿ ਉਹ 200 ਕਰੋੜ ਤੋਂ ਵੀ ਜਿਹੜਾ ਨਾ ਉੱਤੇ ਜਾਏਗੀ ਇੰਨੀ ਜ਼ਿਆਦਾ ਜਨਾਬ ਵਾਲੀ ਜਿਹੜਾ ਬੰਦਾ ਵੀ ਨਿਕਲ ਇੰਟਰਵਿਊ ਹੋ ਰਹੇ ਨੇ ਤੁਸੀਂ ਵੇਖ ਰਹੇ ਹੋ YouTube ਤੇ ਬੜੇ ਲੋਕੀ ਇੰਟਰਵਿਊ ਕਰ ਰਹੇ ਨੇ ਜਿਹਦੇ ਕੋਲੋਂ ਵੀ ਪੁੱਛਣਾ ਉਹ ਹੀ ਕਹਿੰਦਾ ਯਾਰ ਕਮਾਲ ਚੀਜ਼ ਬਣਾਈ ਹੈ ਪਾਕਿਸਤਾਨ ਚ ਪਹਿਲੀ ਦਫਾ ਕੋਈ ਇਸ ਤਰ੍ਹਾਂ ਦੀ ਫਿਲਮ ਬਣੀ ਹੈ ਇਹ ਅਸੀ ਤਕਨੀਕ ਤੇ ਬਣੀ ਫਿਲਮ ਹੈ ਤੇ ਉਹਦੇ ਨਾਲ ਨੂੰ ਤੁਹਾਨੂੰ ਦੱਸਦੇ ਜਾਈਏ ਇਹਦੇ ਰਿਲੇਟਿਡ ਹੀ ਇੱਕ ਗੱਲ ਜਿਹੜੀ ਕਿ ਖੁਸ਼ਖਬਰੀ ਹੈ ਇਹ ਦੀ ਲੈਜੈਂਡ ਮੋਲਾ ਜੱਟ ਇਸ ਤੋਂ ਪਹਿਲੇ ਰਾਈ ਸਾਹਿਬ ਜਿਹੜੀ ਅਸਲ ਬਣੀ 1979 ਵਿੱਚ ਮੋਲਾ ਜੱਟ ਜਿਹੜੀ ਜਿਹਦੇ ਡਾਇਰੈਕਟਰ ਯੂਨਸ ਮਲਕ ਤੇ ਰਾਈਟਰ ਸਨ ਨਾਸਰ ਅਦੀਬ ਸਾਹਿਬ ਪਾਕਿਸਤਾਨ ਦੇ ਸਭ ਤੋਂ ਵੱਡੇ ਰਾਈਟਰ ਉਹਨਾਂ ਨੇ ਹੀ ਦੀ ਲੈਜੈਂਡ ਮੋਲਾ ਜੱਟ ਲਿਖੀ ਡਾਇਰੈਕਟਰ ਇਹਦੇ ਬਿਲਾਲ ਅਸ਼ਾਰੀ ਅਗਲੀ ਜਿਹੜੀ ਗੱਲ ਸੁਣਨ ਵਾਲੀ ਹੈ ਮਜ਼ੇ ਦੀ ਗੱਲ ਕਿਆਸ ਆ ਗਈ ਮੈਨੂੰ ਤਾਂ ਸੁਣ ਕੇ ਕਿ ਦੀ ਅਗੋ ਨਵੀਂ ਫਿਲਮ ਆ ਰਹੀ ਹੈ ਜੀ son of mola jatt ਦਿਲ ਖੁਸ਼ ਹੋਇਆ ਕਿ ਨਾ ਨਾ ਸੁਣ ਕੇ ਇਹ ਸਰਕਾਰ ਇਹਦੇ ਵੀ ਰਾਈਟਰ ਇਹੋ ਹੀ ਮੋਲਾ ਜੱਟ ਵਾਲੇ ਦਿਲੇ ਜਣਾ ਮੋਲਾ ਜੱਟ ਵਾਲੇ ਤੇ ਸਾਨਾ ਮੋਲਾ ਜੱਟ ਵਾਲੇ ਨਾਸਰ ਹਦੀਬ ਸਾਹਿਬ ਕੀ ਬਾਤ ਹੈ ਜੀ ਸੜਕੇ ਜਾਈਏ ਤੇ ਇਹਦੇ ਹੀਰੋ ਦਾ ਸੁਣ ਲਵੋ ਮੋਲਾ ਜੱਟ ਸੁਲਤਾਨ ਰਾਏ ਤੇ ਸਾਨਾ ਮੋਲਾ ਜੱਟ ਸੁਲਤਾਨ ਰਾਏ ਸਾਹਿਬ ਦੇ ਸਾਫਜ਼ਾਦੇ ਹਾਦਰ ਸੁਲਤਾਨ ਸਾਹਿਬ ਕਰ ਰਹੇ ਨੇ ਫਿਲਮ ਲਿਖੀ ਜਾ ਰਹੀ ਹੈ ਹਾਂਜੀ ਤੇ ਉਹਦੇ ਤੇ ਕੰਮ ਹੋ ਰਿਹਾ ਬਹੁਤ ਜਲਦੀ ਉਹਦੀ ਸ਼ੂਟਿੰਗਾਂ ਸ਼ੁਰੂ ਹੋਣ ਵਾਲੀਆਂ ਨੇ ਜਿਦੇ ਵਿੱਚ ਤੁਹਾਨੂੰ ਸੋਲੋ ਹੀਰੋ ਨਜ਼ਰ ਆਉਣਗੇ ਹਾਦਰ ਸੁਲਤਾਨ ਸਾਹਿਬ ਤੇ ਹਾਦਰ ਸੁਲਤਾਨ ਰਾਈ ਸਾਹਿਬ ਨਾਲ ਇਹਨਾਂ ਕੰਮ ਸ਼ੁਰੂ ਕੀਤਾ ਸੀ ਕਿ ਉਹਨਾਂ ਦੇ ਦੌਰ ਵਿੱਚ ਹੀ ਹੀਰੋ ਆਣ ਲੱਗ ਪਏ ਸਨ ਤੇ ਹੁਣ ਜਿਹੜਾ ਨਾ ਪਿਛਲੇ ਦਿਨੋਂ ਵੱਡੀ ਤੇ ਇਹਨਾਂ ਦੀ ਫਿਲਮ ਲੱਗੀ ਸੀ ਇਸ਼ਤਿਹਾਰੀ ਡੋਗਰ ਜਿਦੇ ਵਿੱਚ ਨਾ ਟਾਈਟਲ ਰੋਲ ਕੀਤਾ ਬੜੀ ਹੀ ਆਊਟ ਕਲਾਸ ਫਿਲਮ ਗਈ ਉਹ ਹਿੱਟ ਹੋਈ ਹੋਈ ਧੁੱਲ ਤੇ 부ਜਾਰੀ ਜ਼ੁਲਮ ਦੇ ਖਿਲਾੜੀ ਤੇ ਇਸ ਉਹਨਾਂ ਸ਼ਿਕਾਰੀ ਸਰਗਰ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਜਿਵੇਂ ਸ਼ਾਨ ਪੰਜਾਬੀ ਫਿਲਮਾਂ ਤੋਂ ਦੂਰ ਹੋ ਗਿਆ ਹੈ ਨਾ ਤੇ ਮੁਮਰਾਨ ਆ ਗਿਆ ਤੇ ਮੁਮਰਾਨ ਦੇ ਨਾਲ ਨਾਲ ਜਿਹੜਾ ਹਾਦਰ ਸੁਲਤਾਨ ਵੀ ਚੱਲ ਰਿਹਾ ਹੁਣ ਫਿਲਮਾਂ 'ਚ ਉਹ ਵੀ ਟਾਈਟਲ ਰੋਲ ਕਰ ਰਿਹਾ ਵੱਡੇ ਇਸੇ ਤਰ੍ਹਾਂ ਜਿਵੇਂ ਜਿਵੇਂ ਦਿਲਾ ਜਿਹੜਾ ਮੋਲਾ ਜੱਟ ਬਹੁਤ ਜ਼ਿਆਦਾ ਮਸ਼ਹੂਰ ਲੋਕਾਂ ਦੇ ਦਿਲਾਂ 'ਚ ਘਰ ਘਰ ਗਈ ਇਸੇ ਤਰ੍ਹਾਂ ਸਮਝੋ ਕਿ ਅੱਗੇ ਲੋਕੀ ਕਹਿ ਰਹੇ ਨੇ ਕਿ ਜਿਹੜੀ ਸਾਨਾ ਮੋਲਾ ਜੱਟ ਹੈ ਨਾ ਇਹ ਸੁਲਤਾਨ ਰਾਏ ਸਾਹਿਬ ਦੀ ਯਾਦ ਨੂੰ ਤਾਜ਼ਾ ਕਰੇਗੀ ਉਦੀ ਵਜ੍ਹਾ ਵਾਲਾ ਕੀ ਹੈ ਮੈਂ ਤੁਹਾਨੂੰ ਇੱਕ ਕਲਿੱਪ ਵੀ ਦਿਖਾਣਾ ਵਾਂ ਕਿ ਜਿੱਦੇ ਵਿੱਚ ਹਾਦਰ ਸੁਲਤਾਨ ਨੇ ਖੁਦ ਆਖਿਆ ਅਨਾਉਂਸ ਕੀਤਾ ਉਹਨੇ ਕਿ ਅਸੀਂ ਫਿਲਮ ਬਣਾਉਣ ਜਾ ਰਹੇ ਹਾਂ ਉਸ ਤੋਂ ਪਹਿਲੇ ਦੀ ਲੈਜੈਂਡ ਆ ਮੋਲਾ ਜੱਟ ਜਿਹੜੀ ਹੈ ਨਾ ਅਸਲ 'ਚ ਇਹ ਪੰਜਾਬੀ ਫਿਲਮ ਹੈ ਤੇ ਬਣਾਈ ਵੀ ਉਸ ਸੁਲਤਾਨ ਰਾਏ ਸਾਹਿਬ ਵਾਲੀ ਨੂੰ ਦੀ ਮੋਲਾ ਜੱਟ ਵਲੋਂ ਵੇਖ ਕੇ ਨਾ ਉਹਨੂੰ ਕਾਪੀ ਕੀਤਾ ਗਿਆ ਚਲੋ ਕੁਝ ਜਿਹੜਾ ਹੈ ਕਿ ਨਵੇਂ ਜ਼ਮਾਨੇ ਦੇ ਹਿਸਾਬ ਨਾਲ ਕੁਝ ਚੀਜ਼ਾਂ ਉਹਨਾਂ ਨੇ ਅਡਾਪਟ ਕੀਤੀਆਂ ਬੜੀ ਸ਼ਾਨਦਾਰ ਫਿਲਮ ਹੈ ਤੇ ਉਹਨਾਂ ਦੇ ਜਿਹੜੇ ਯਾਨੀ ਕਿ ਅਨ ਗੈਟਅਪ ਜਿਹੜੇ ਨੇ ਉਹ ਬੜੇ ਕਮਾਲ ਦੇ ਨੇ ਬਾਕੀ ਇੱਕ ਚੀਜ਼ ਹੋਰ ਤੁਹਾਨੂੰ ਦੱਸਾਂ ਮੇਰਾ ਜ਼ਾਤੀ ਰਾਏ ਵਾਲਾ ਕੀ ਹੈ ਕਿ ਫਵਾਦ ਖਾਂ ਜਾਂ ਹਮਜ਼ਾਲੀ ਅਬਾਸੀ ਜਾਂ ਮਾਹਿਰਾ ਖਾਨ ਜਾਂ ਉਮੈਮਾ ਮਲਕ ਇਹਨਾਂ ਚੋ ਕੋਈ ਵੀ ਜਿਹੜਾ ਨਾ ਮਾਜ਼ਰਤ ਦੇ ਨਾਲ ਪੰਜਾਬੀ ਫਿਲਮਾਂ ਦੇ ਹੀਰੋ ਹੀਰੋਇਨ ਦੇ ਰੋਲ ਵਾਸਤੇ ਮੈਨੂੰ ਨਹੀਂ ਲੱਗਦਾ ਕਿ ਅੱਗੇ ਬਹੁਤ ਸਮਾਂ ਸਮਾਂ ਜਿਹੜਾ ਹੈ ਨਾ ਇਹ ਚੱਲ ਸਕੜ ਉਹਦੀ ਵਜ੍ਹਾ ਕੀ ਹੈ ਕਿ ਇਹਨਾਂ ਦੇ ਪੰਜਾਬੀ ਵਾਲਿਆਂ ਤੋਂ ਉਹ ਉਵੇਂ ਤੇ ਵੇਢ ਛੱਡੀ ਕੋਈ ਨਹੀਂ ਜਿਵੇਂ ਉਹ ਇੱਕ ਮੰਮੀ ਡੈਡੀ ਬੱਚੇ 버ਗਰ ਫੈਮਲੀਆਂ ਵਾਲੇ ਹੁੰਦੇ ਨੇ ਇਹ ਉਸ ਤਰ੍ਹਾਂ ਦੇ ਰੱਬ ਕਰੇ ਕਿ ਬਹੁਤ ਤਰਕੀਆਂ ਪਾਣ ਮੇਰੀਆਂ ਨੇਕ ਤਮੰਨਾਵਾਂ ਇਹਨਾਂ ਵਾਸਤੇ ਨਹੀਂ ਲੇਕਿਨ ਮੇਰੀ ਜ਼ਾਤੀ ਰਾਏ ਅਸਰਾਂ ਦੀ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਅੱਗੇ ਇਹਨਾਂ ਨੂੰ ਬਹੁਤ ਜ਼ਿਆਦਾ ਜਿਹੜੀਆਂ ਪੰਜਾਬੀ ਫਿਲਮਾਂ ਮਿਲਣ ਫਿਲਮਾਂ ਪੰਜਾਬੀ ਇੰਡਸਟਰੀ ਪੰਜਾਬੀ ਸਿਨੇਮਾ ਦੇ ਗਰੋ ਕਰੇਗਾ ਹੁਣ ਲੇਕਿਨ ਮੈਨੂੰ ਇਹ ਲੱਗਦਾ ਨਹੀਂ ਕਿ ਇਹਨਾਂ ਨੂੰ ਬਹੁਤ ਜ਼ਿਆਦਾ ਜਿਹੜੀ ਹੈ ਨਾ ਉਹ ਹਾਈਪ ਮਿਲੇ ਜਿਵੇਂ ਸ਼ਾਨ ਨੂੰ ਮਿਲੇ ਤੇ ਇਹ ਇਹ ਤਸਵਰ ਕੀਤਾ ਜਾ ਰਿਹਾ ਹੈ ਕਿ ਜਿਵੇਂ ਸਾਨਾ ਮੋਲਾ ਜੜ ਬਣਨ ਜਾ ਰਹੀ ਹੈ ਨਾ ਕਿ ਇਸ ਤਰ੍ਹਾਂ ਸੁਲਤਾਨ ਰਾਈ ਰਾਈ ਤੋਂ ਬਾਅਦ ਉਹਨਾਂ ਦਾ ਜ਼ਮਾਨੇ ਦੀ ਯਾਦ ਤਾਜ਼ਾ ਕਰਨਗੇ ਉਹਨਾਂ ਦੇ ਅਗੋ ਪੁੱਤਰ ਸਾਬਜ਼ਾਦੇ ਹਾਦਰ ਸੁਲਤਾਨ ਸਾਹਿਬ ਕਿਉਂਕਿ ਉਹਨਾਂ ਦਾ ਮਾਸ਼ਾਅੱਲਾ ਕੱਦ ਬੋਤ ਤੇ ਵੇਢ ਛੜੀ ਜਿਹੜਾ ਨਾ ਚੰਗਾ ਪੰਜਾਬੀਆਂ ਵਾਲਾ ਤੇ ਪੰਜਾਬੀ ਬੰਦਾ ਹੋਏ ਤੇ ਉਹ ਜਨਾਬ ਅਲੀ ਸ਼ੀਟਗਾ ਜਾਂ ਮਾੜਾ ਜਾਂ ਪੰਤੀਲੀ ਪਹਿਲਵਾਨ ਹੋਏ ਉਹਨੇ ਖੇ ਹੀ ਰੋ ਲੱਗਣਾ ਜਚਣਾ ਫਿਰ ਜਿਹਨੂੰ ਪਰਨਾ ਸ਼ਰਨਾ ਗਲ ਚ ਪਾਇਆ ਕਮੀਜ਼ਾਂ ਜਨਾਬ ਅਲੀ ਖੁੱਲੀਆਂ ਪਾਈਆਂ ਹੋਣ ਮੁੱਛ ਰੱਖੀ ਹੋਏ ਹੈ ਤੇ ਫਿਰ ਹੀਰੋ ਤੇ ਪੰਜਾਬੀ ਫਿਲਮਾਂ ਚ ਉਹਨੇ ਹੀ ਜਚਣਾ ਹੈ ਨਾ ਇਸ ਵਾਸਤੇ ਇਹ ਕਿਹਾ ਜਾ ਰਿਹਾ ਕਿ ਜਿਹੜੀ ਸਾਨਾ ਮੌਲਾ ਜਾਟੇ ਨਾ ਉਹ ਅਸਲ ਪੰਜਾਬੀ ਫਿਲਮਾਂ ਨੂੰ ਜਿਹੜੀ ਹੈ ਨਾ ਉਹ ਗਰੋਥ ਦੇਗੀ ਉਹ ਚੁੱਕੇਗੀ ਇਹਨਾਂ ਨੂੰ ਇਹ ਵੀ ਬਹੁਤ ਗ੍ਰੇਟ ਮੂਵੀ ਹੈ ਮੈਂ ਇਹਦੇ ਤੇ ਕੋਈ تنਕੀਦ ਨਹੀਂ ਕਰ ਰਿਹਾ ਨਾ ਇਹਨਾਂ ਤੇ ਐਕਟਰਾਂ ਦੇ ਕੋਈ تنਕੀਦ ਕਰ ਰਿਹਾ ਮੈਂ ਆਪਣੀ ਜ਼ਾਤੀ ਰਾਏ ਬਲਕਿ ਤੁਹਾਨੂੰ ਦੱਸ ਰਿਹਾ ਕਿ ਉਹ ਪਤਲੇ ਜਿਵੇਂ ਦੇ ਹੈ ਨਾ ਮਮੀ ਡੈਡੀ ਮੈਨੂੰ ਨਹੀਂ ਲੱਗਦਾ ਕਿ ਉਹ ਬਹੁਤ ਜ਼ਿਆਦਾ ਕੋਈ ਪੰਜਾਬੀ ਫਿਲਮਾਂ ਨੂੰ ਪੰਜਾਬੀ ਸੈਨਮੇ ਨੂੰ ਜਿਹੜਾ ਨਾ ਉਹ ਸਮਝੋ ਕੇ ਚੁੱਕਣ لیکن جی ਜਿਹੜੀ اگੋ ਨਵੀਂ ਫਿਲਮ ਹੈ ਸ਼ੁਰੂ ਹੋਣ ਵਾਲੀ ਸਾਨਾ ਮੋਲਾ ਜੱਟ ਹਾਇਦਰ ਸੁਲਤਾਨ ਨੂੰ ਲੈ ਕੇ ਉਹ ਲੱਗਦਾ ਹੈ ਕਿ ਫਿਲਮ ਜਿਹੜੀ ਹੈ ਨਾ ਉਹ ਜਿਹੜਾ ਮੋਲਾ ਜੱਟ ਵਾਂਗੂ ਤਬਾਈਆਂ ਫੇਰੇਗੀ ਉਸ ਇੰਡਸਟਰੀ ਨੂੰ ਚੁੱਕੇਗੀ ਕਿ ਜਿਹੜੀ ਕਿ ਇੱਕ ਗਰੀਬਾਂ ਦੀ ਇੰਡਸਟਰੀ ਹੈ ਗਰੀਬਾਂ ਦਾ ਸਿਨੇਮਾ ਹੈ। ਲੋ ਜੀ ਇਹ ਆਈ ਖੁਸ਼ਖਬਰੀ ਹੈ ਉਹਨੂੰ ਵੀਡੀਓ ਜਿਹੜੀ ਹੈ ਨਾ ਉਹ ਬਿਆਨ ਜਿਹੜਾ ਖੁਦ ਹਾਇਦਰ ਸੁਲਤਾਨ ਸਾਹਿਬ ਦਾ ਤੁਹਾਨੂੰ ਸੁਣਾ ਦਿੰਨੇ ਵਾ ਕਿ ਉਹਨਾਂ ਨੇ ਖੁਦ ਕੀ ਆਖਿਆ ਸੁਣ ਲਓ ਜੀ। ਬਈ ਇਹ ਤੁਹਾਨੂੰ ਅਨਾਉਂਸ ਕਰਨਾ ਚਾਹੂੰਗਾ ਕਿ son of mola jatt ਬਣਨੇ ਜਾ ਰਹੀ ਹੈ ਸ਼ੁਕਰ ਅੱਲਾ। اور وہ اپ کو شترہ گرینڈ لیول پہ نظر ائے گی۔ رائٹر اس کے بھی ناصر الدین صاحب۔ لو جی سونےو یہ موئین بھائی دا چینل ہے تے این دے تے انٹرویو ہویا ہے موئین بھائی نے کیتا ہے تے انہوں نے خود دسیا کہ اناؤنس کر دیتا ہے کہ یہ کہانی لکھی جا رہی ہے بہت جلد شوٹنگاں شروع ہو جانگیاں تے فلم جڑی ہے نا تھانو سینویچ ویکھن نو ملے گی۔ تے امید کران گے کہ اسی طرح پنجابی جڑی ہے ਸਾڈی زبان ہے ماں بولی زبان ہے اینو بڑاوا ملے گا ایدی قدر و قیمت جڑی ہے نا رائے صاحب دے زمانے ونگو جڑی ہے نا ودھے گی۔ انشاءاللہ تعالی